ਕੀ ਹੈ ਜੀ ਪਿੰਡ ਦਾ ਰਾਜੋਵਾਲ ਦਾ ਸਕੂਲ ਅਤੇ ਬੱਸ ਸਟੈਂਡ ਬੱਸ ਅੱਡਾ ਅਤੇ ਇੱਦਾਂ ਦਾ ਵਿਊ ਆ ਮੋਰਨਿੰਗ ਟਾਈਮ ਸੀ ਅਤੇ ਇਹ ਜਿੰਮ ਆ ਸਾਡਾ ਜਿੱਥੇ ਕਿ ਅਸੀਂ ਜਾਂਦੇ ਹਾਂ ਸਾਰੇ ਮੁੰਡੇ ਪਿੰਡ ਦਾ ਅਤੇ ਆਹ ਸਕੂਲ ਦੀ ਲੋਕੇਸ਼ਨ ਆ ਵੱਡਾ ਸਕੂਲ ਬਣਾ ਦਿੱਤਾ ਗਿਆ ਕਾਫੀ ਵਧੀਆ ਗਰਾਊਂਡ ਆ ਪਾਰਕਿੰਗ ਆ ਅਤੇ ਵਿਊ ਦੇਖ ਸਕਦੇ ਤੁਸੀਂ ਰਾਜੋਵਾਲ ਪਿੰਡ ਦੇ ਸਕੂਲ ਦੀ ਵਿਊ ਦੇਖੋ ਲਓ ਜੀ ਅਤੇ ਪਿੰਡ ਦੀ ਥੋੜ੍ਹੀ ਜਿਹੀ ਲੋਕੇਸ਼ਨ ਦਿਖਾਉਂਦੇ ਹਾਂ ਬਾਹਰੋਂ ਪਿੰਡ ਇੱਦਾਂ ਲੱਗਦਾ ਜੀ ਇੰਨਾ ਛੋਟਾ ਹੀ ਆ ਪਿੰਡ ਬੜਾ ਵੱਡਾ ਨਹੀਂ ਹੈਗਾ ਜੀ ਦੇਖ ਸਕਦੇ ਹਾਂ ਤੁਸੀਂ ਅਤੇ ਸਾਹਮਣੇ ਗੁਰੂ ਘਰ ਆ ਇਸ ਪਿੰਡ ਵਿੱਚ ਦੋ ਗੁਰੂ ਘਰ ਜਿੰਮ ਦੀ ਲੋਕੇਸ਼ਨ ਦੇਖ ਲਓ ਜੀ ਜਿੰਮ ਅੰਦਰੋਂ ਕਿੱਦਾਂ ਦਾ ਮਸ਼ੀਨਾਂ ਥੋੜ੍ਹੀਆਂ ਹੀ ਆ ਠੀਕ ਹੈ ਗੁਜ਼ਾਰੇ ਜੋਗੀਆਂ ਹੈਗੀਆਂ ਸਾਡਾ ਟਾਈਮ ਸਰਦਾ ਇਹਦੇ ਨਾਲ ਜੀ ਕਾਫੀ ਵਧੀਆ ਹੈ ਫਿਰ ਵੀ ਅਤੇ ਅਸੀਂ ਇੱਥੇ ਹੁਣ ਆ ਪਿੰਡ ਦੇ ਬਾਹਰਲੇ ਪਾਸੇ ਜਿਹੜੇ ਘਰ ਆ ਡੇਰਿਆਂ 'ਤੇ ਆਪਾਂ ਕਹਿ ਦਿੰਦੇ ਹਾਂ ਸਾਹਮਣੇ ਟਾਵਰ ਆ ਏਅਰਟੈਲ ਦਾ ਟਾਵਰ ਅਤੇ ਆ ਜਾਓ ਜੀ ਹੁਣ ਤੁਹਾਨੂੰ ਪਿੰਡ ਦੇ ਵਿੱਚੋਂ ਦਿਖਾਉਣਾ ਹਰਮੇਸ਼ ਦੀ ਏਅਰ ਸਲੋਨ ਜਿਹੜਾ ਅਤੇ ਸੋਹਣ ਲਾਲ ਦੀਆਂ ਦੁਕਾਨਾਂ ਅਤੇ ਸਾਹਮਣੇ ਸੋਨੂ ਦੀ ਦੁਕਾਨ ਹੈਪੀ ਦੀ ਦੁਕਾਨ ਅਤੇ ਇਹ ਅੱਡੇ ਦਾ ਵਿਊ ਆ ਠੀਕ ਹੈ ਜੀ ਹੁਣ ਆਪਾਂ ਗਲੀਆਂ ਘੁੰਮਦੇ ਹਾਂ ਠੀਕ ਹੈ ਜੀ ਗਲੀਆਂ ਦਿਖਾਉਣੇ ਤੁਹਾਨੂੰ ਥੋੜ੍ਹੀਆਂ ਦਿਖਾਵਾਂਗੇ ਬਾਕੀ ਜਿਹੜੀਆਂ ਰਹਿ ਜੂਗੀਆਂ ਉਹ ਨੈਕਸਟ ਬਲੌਗ ਦੇ ਵਿੱਚ ਦਿਖਾਵਾਂਗੇ ਆ ਜਾਓ ਦੇਖ ਸਕਦੇ ਹਾਂ ਗਲੀਆਂ ਤੁਸੀਂ ਛੋਟੀਆਂ ਛੋਟੀਆਂ ਗਲੀਆਂ ਵੱਡੀਆਂ ਵੱਡੀਆਂ ਗਲੀਆਂ ਆ ਜਾਓ ਜੀ ਪਿੰਡ ਦਾ ਆ ਸਾਹਮਣੇ ਗੁਰੂ ਘਰ ਅਤੇ ਆ ਜਾਓ ਫਿਰ ਇੱਦਾਂ ਦੀਆਂ ਗਲੀਆਂ ਜੀ ਕੁਲਵੰਤ ਸਿੰਘ ਦਾ ਘਰ ਅੱਗੇ ਆ ਜਾਓ ਉੱਥੇ ਆ ਮੇਨ ਗਲੀ ਜਿਹੜੀ ਜਾਂਦੀ ਕੁਲਵੰਤ ਰਾਏ ਦੀ ਸ਼ੋਪ ਨੂੰ ਠੀਕ ਹੈ ਜੀ ਬੜੀ ਫੇਮਸ ਸ਼ੋਪ ਆ ਆ ਜਾਓ ਦਿਖਾਉਂਦੇ ਹਾਂ ਤੁਹਾਨੂੰ ਕਾਫੀ ਪੁਰਾਣੀ ਆ ਕੁਲਵੰਤ ਰਾਏ ਕਿਰਾਣਾ ਸਟੋਰ ਠੀਕ ਹੈ ਜੀ ਹਰ ਚੀਜ਼ ਮਿਲਦੀ ਇੱਥੇ ਆ ਗਲੀਆਂ ਦੇਖ ਸਕਦੇ ਤੁਸੀਂ ਛੋਟੀਆਂ ਵੱਡੀਆਂ ਗਲੀਆਂ ਸਾਰੀ ਟਾਈਪ ਦੀਆਂ ਮਿਲਦੀਆਂ ਤੁਹਾਨੂੰ ਆ ਸਾਡੇ ਬਾਹਰਲਾ ਢੇਰ ਸਿਸਟਮ ਜਿੱਥੇ ਕਿ ਬਾਹਰ ਦੂਜੀ ਸਾਈਡ ਤੋਂ ਪਿੰਡ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਉਹ ਸਾਹਮਣੇ ਟੈਂਕੀ ਆ ਪਾਣੀ ਵਾਲੀ ਅਤੇ ਇੱਦਾਂ ਦਾ ਵਿਊ ਦੂਜੀ ਸਾਈਡ ਤੋਂ ਨਜ਼ਰ ਆਉਂਦਾ ਆ ਦੇਖ ਸਕਦੇ ਹੋ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਅਤੇ ਅੱਗੇ ਸ਼ੇਅਰ ਕਰੋ ਅਤੇ ਨਵੀਆਂ ਵੀਡੀਓ ਦੇਖਣ ਲਈ